ਲੈ ਗੋਲੀ ਵੀ ਨਹੀਂ ਉੱਠਿਆ ਹੈਗਾ ਹਜੇ ਬੇ ਗੋਲੀ ਗੋਲੀ ਹਾਂ ਬੇ ਉੱਠ ਜਾ ਕੱਖ ਪਾ ਦੇ ਡੰਗਰਾਂ ਨੂੰ ਸਾਸਾ ਜੀ ਕਿਹਦੀ ਸਾਸਾ ਆ ਰਹੀ ਆ ਬੇ ਮੇਰੇ ਭਾਈ ਡੰਗਰਾਂ ਨੂੰ ਕੱਖ ਪਾ ਦੇ ਕੱਖ ਹਾਂ ਪਾਵਾਂ ਹਾਂ ਪਾ ਦੇ ਨਾ ਕੋਈ ਨਾ ਨਾ ਤੂੰ ਪੈ ਤਾਂ ਸਿੱਧਾ ਜਾਇਆ ਕਰ ਤੈਨੂੰ ਪਤਾ ਹੈਗਾ ਬਣੇ ਮੈਂ ਤਾਂ ਘਰੇ ਵੀ ਇਹੀ ਪਹਿਨਾ ਹੁੰਦਾ ਜਦੋਂ ਤੱਕ ਐ ਨਾ ਪਵਾਂ ਮੈਂ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ ਬੇ ਮੈਂ ਤਾਂ ਡਰ ਗਈ ਸੀ ਇੱਧਰ ਤੇਰੇ ਪੈਰ ਦੇਖ ਕੇ ਤੂੰ ਤਾਂ ਮਰ ਗਈ ਦੀ ਕੰਮ ਲਈਏ ਜਿਉਂਦੀ ਵੱਜਦੀ ਰਹਿ ਬੇ ਤੂੰ ਤਾਂ ਜੰਮਿਆ ਹੀ ਪੁੱਠਾ ਸੀ ਮਾਂ ਨੇ ਚਲ ਆਪਾਂ ਨੇ ਤੂੰ ਕੀ ਲੈਣਾ ਪੈਂਦਾ ਪਿਆ ਰਹਿਣ ਦੇ ਤੂੰ ਤਾਂ ਹੋਰੇ ਬੋਲ ਮਾਰ ਲੱਗੇ ਨੇ ਪਾ ਦੇ ਨਾ ਮੈਂ ਕੱਖ ਬੇ ਤੂੰ ਕੱਖ ਪਾ ਦੇ ਮੈਂ ਚਾਹ ਬਣਾਉਣੀ ਆ ਸੱਸ ਪਾ ਦੇ ਕਿਹਦੇ ਨਾਲ ਪਾ ਦਾਂ ਤੇਰੀ ਸੱਸ ਆ ਭਾਈ ਜਿਹਦੇ ਮਰਜ਼ੀ ਨਾਲ ਪਾ ਲੈ ਮੈਨੂੰ ਕੀ ਤਰਾ ਆ ਬੇ ਮੇਰੇ ਭਾਈ ਡੰਗਰਾਂ ਨੂੰ ਕੱਖ ਪਾ ਦੇ ਮੈਂ ਚਾਹ ਬਣਾਉਣੀ ਆ ਕੱਖ ਪਾ ਦਾਂ ਕੱਖ ਰਾਮ ਹਾਂ ਡੰਗਰਾਂ ਨੂੰ ਪਾ ਦੇ ਨਾ ਮੈਂ ਪਾ ਦੇ ਨਾ ਪਾ ਦੇ ਪਾ ਦੇ ਨਾਲੇ ਚਾਹ ਕਰ ਲੈ ਮੈਂ ਵੀ ਪੀਵਾਂ ਧਰਦੀਆਂ ਧਰਦੀਆਂ ਮੈਂ ਚਾਹ ਤੂੰ ਕਾਹਨੂੰ ਮਰਦੀਆਂ ਕਮਲੇ ਰੱਬ ਤੇਰੀ ਲੰਬੀ ਉਮਰ ਕਰੇ ਲੈ ਹੈ ਬੌਲੀ ਜਾ ਮੇਰੇ ਭਾਈ ਚੰਗਾ ਪਾ ਇੱਕ ਤਾਂ ਨਾ ਮੈਨੂੰ ਇਹਨੂੰ ਦੇਖ ਕੇ ਹਾਸਾ ਨਿਕਲ ਜਾਂਦਾ ਭਾਈ ਤਾਂ ਮੇਰਾ ਹੀ ਆ ਕਿਵੇਂ ਰੋਡਵੇਜ ਦੀ ਬੱਸ ਵਾਂਗੂ ਐ ਕਰਦਾ ਜਾਂਦਾ ਹੁੰਦਾ ਚਾਹ ਬਣਾ ਦਾਂ ਪਹਿਲਾਂ ਪੀ ਲੂਗਾ ਚੱਲ ਵਿਚਾਰਾ ਲੱਪਤ ਅੰਦਰੋ ਵੀ ਰਿਸ਼ਤੇਦਾਰ ਨੂੰ ਨਾ ਕੋਈ ਦੋ ਚਾਰ ਦਿਨ ਮਿਲਣ ਵਾਸਤੇ ਤਾਂ ਬੁਲਾ ਲੈਣਾ ਹੁੰਦਾ ਇਹਨਾਂ ਨੇ ਕੰਮ ਵਾਸਤੇ ਬੁਲਾ ਰੱਖਿਆ ਲੈ ਹਜੇ ਕਹਿੰਦੀ ਭੈਣ 15-20 ਦਿਨ ਲਾ ਜੀ ਮਤਲਬ ਦੋ ਦਿਨਾਂ 'ਚ ਤੂੰ ਪੂੰਚ ਕਰਦੀ ਮੈਨੂੰ ਤਾਂ ਲੱਗਦਾ ਇੰਨਾ ਟਾਈਮ ਤੱਕ ਔਖ ਹੀ ਲੰਘੂ ਮੇਰਾ ਉਰੇ ਆਹ ਪ੍ਰਾਹੁਣਾ ਉਹਨੂੰ ਸਾਰਾ ਦਿਨ ਮੁੰਜੇ ਦੇ ਪਾ ਕੇ ਕਦੇ ਕੁਛ ਖਵਾਤਾ ਕਦੇ ਕੁਛ ਖਵਾਤਾ ਇੰਨਾ ਤਾਂ ਬੰਦਾ ਜਾਪ ਵਾਲੀ ਜਨਾਨੀ ਦੀ ਨਹੀਂ ਸੇਵਾ ਕਰਦਾ ਜਿੰਨੀ ਆ ਭੈਣ ਬੋਲੀ ਜੀ ਦਾ ਇਹਦੀ ਸੇਵਾ ਕਰੀ ਜਾਂਦੀ ਹੈ ਚੱਲ ਕੋਈ ਨਾ ਇੱਕ ਆ ਸਿਰ ਖੜੀ ਜੀ ਮੈਂ ਇਸ ਲਿਆ ਕੇ ਉਰੇ ਬੰਨਤੀ ਮੈਨੂੰ ਲੱਗਦਾ ਬੰਦਾ ਅੰਦਰ ਹੀ ਉਵੇਂ ਨਾ ਬੱਖੀ 'ਚ ਸਿੰਗ ਮਾਰੇ ਮੇਰੇ ਤਾਂ ਪਹਿਲੀ ਚੂਲਾ ਟੁੱਟ ਰਿਹਾ ਇੱਕ ਆ ਬਾਪੂ ਨੂੰ ਕਹਿੰਦੀ ਚੂਲਾ ਪਵਾ ਦੇ ਦੇਖ ਲਾ ਕੱਟੇ ਦਾ ਗਿੱਟਾ ਉਤਰਿਆ ਦੀ ਉਹਦੀ ਚੜਵਾ ਦਾ ਮੈਂ 2 ਸਾਲਾਂ ਦਾ ਕਿਸਰਦਾ ਫਿਰਦਾ ਮੇਰਾ ਭੋਰਾ ਨਹੀਂ ਇਲਾਜ ਕਰਾਇਆ ਹਾਏ ਓਏ ਬਾ ਓਏ ਜਾਗਰਾ ਤੇਰੇ ਹਾਏ 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 ਜਾਗਰਾ ਤੇਰੀ ਸਕੀਮ ਦਾ ਕੰਮ ਕਰੀ ਜਾਂਦੀ ਹੈ ਅੱਜ ਮੈਂ ਕਹਿੰਦਾ ਹੋਰ ਸਕੀਮ ਲਾ ਐਂ ਕਰ ਤੂੰ ਸਾਂਕੜੀ ਸਕੇ ਪੈ ਜਾ ਉਦੋਂ ਬਾਅਦ ਦੇਖਦਾ ਕੀ ਡਰਾਮਾ ਕਰਦੀ ਹੈ ਇਹ ਇਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਜਾਗਰ ਤਾਂ ਮਰ ਗਿਆ ਸਮਝ ਲੈ ਛੱਪਲ ਜਾ ਉਹਦੀ ਛੱਪਲ ਜਾ ਲੈ ਗੋਲੀ ਚਾਹ ਫੇਰ ਪੀ ਲੂਗਾ ਪਹਿਲਾਂ ਮੈਂ ਇਹਨੂੰ ਚਾਹ ਦੇ ਦੇਵਾਂ ਠਾਲ ਦੇਵਾਂ ਚੱਲ ਚਾਹ ਤਾਂ ਪੀ ਲੂਗਾ ਹੋਰ ਤਾਂ ਇਹਨੇ ਕੁਛ ਨਹੀਂ ਕਰਨਾ ਉੱਠੋ ਜੀ ਚਾਹ ਪੀ ਲਓ ਉੱਠ ਜਾਓ ਕਿੰਨਾ ਟਾਈਮ ਹੋ ਗਿਆ ਹੈਂ ਇਹ ਉੱਠਦਾ ਕਾਹਤੇ ਨਹੀਂ ਅੱਜ ਉੱਠ ਜਾ ਲੈ ਮੈਨੂੰ ਲੱਗਦਾ ਰੱਬ ਨੇ ਤਾਂ ਮੇਰੀ ਛੇਤੀ ਹੋਈ ਸੁਣ ਲਈ ਸ਼ੁਕਰ ਆ ਰੱਬਾ ਤੇਰਾ ਮੈਨੂੰ ਲੱਗਦਾ ਤਾਂ ਚੜ੍ਹਾਈ ਕਰ ਗਿਆ ਇੰਨੀ ਛੇਤੀ ਪੈਂਡਾ ਸੁੱਟ ਜੂਗਾ ਇਹ ਤੋਂ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਹਾਏ ਹਾਏ ਮੈਂ ਬਹੁਤ ਖੁਸ਼ ਹਾਂ ਅੱਜ ਰੱਬਾ ਤੇਰਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਤੇਰੇ ਚੌਲਾਂ ਦਾ ਕੜਾਹਾ ਕੱਢ ਕੇ ਜਾਊਂਗੀ ਉੱਠੋ ਜੀ ਲੈ ਜੇ ਆਂਢ ਗਵਾਂਢ ਨੂੰ ਪਤਾ ਲੱਗ ਗਿਆ ਉਹ ਤਾਂ ਹੁਣੀ ਇੱਥੇ ਇਕੱਠ ਕਰਕੇ ਬਹਿ ਜਾਣਗੇ ਐਂ ਕਰਦੀਆਂ ਗੋਲੀ ਨੂੰ ਡਾਕਟਰ ਦੇ ਲੈਣ ਭੇਜਦੀਆਂ ਵੀ ਡਾਕਟਰ ਨੂੰ ਲੈ ਆ ਗੋਲੀ ਜੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨੂੰ ਪਹਿਲਾਂ ਹੀ ਨਹੀਂ ਸੀ ਦੀਂਦਾ ਤਾਂ ਕਹਿਣਗੇ ਦੱਸ ਇਹੋ ਜਿਹੀ ਜਨਾਨੀ ਸੀ ਵੀ ਡਾਕਟਰ ਨੂੰ ਚੈੱਕ ਵੀ ਨਹੀਂ ਕਰਾਇਆ ਵੀ ਮਰੇ ਦਾ ਸ਼ੁਕਰ ਮਨਾਉਂਦੀ ਆ ਗੋਲੀ ਨੂੰ ਭੇਜਦੀ ਆ ਪਹਿਲਾਂ ਢਾਕੀ ਦਿੰਦੀ ਆ ਹਜੇ ਇਹਦਾ ਮੂੰਹ
शुक्र है तो खेड़ा सुट्टूगा मेरा। बे गोली गोली ले ले खा ला, तू कंजरी है लस्सी होगी, खा पी लिया करा, प्रौना देख ला आड़ा खा खा के कट्टे वर्गा होया पे, तू ही लस्सी हुई जनी है। बे गोली गोली हे खड़ जा हौली ता। बे डॉक्टर नु बुला के लेके आ, सरफ ले कदमा। बे डॉक्टर नु बुला लिया, तेरे जीजे नु पता नहीं की हो गया। खड़ जा पहले कख खा ला पाला फिर खा लू रोटी। बे डॉक्टर नु बुला लिया, डॉक्टर नु ओनु पता नहीं की हो गया। डॉक्टर हां मैं तो बीमार हो गया। बे उरे आ ए हौली कर ले कर, तू इन्ना ना पजाया कर। हां ए हौली चल ला, एडा 10 किलोड़ा पट गया। बे आहा मिंता लगदा मर गया, गुस्सा कर गया, गुस्सा ना करूगी पुट्ठा से बोलती रहनिया। बे मैं लगदा मर गया रब कोले भाग गया, रब कोले मर गया। आहो प्रौना बे रोला ना पा, पहला तू डॉक्टर नु बुला के लेके आ। ठीक है बुला लेना डॉक्टर नु, बुला ले आपा चेक करा दिए एक बारी, नहीं लोग कहेंगे भी इन्हां ने ता मरन वास्ते सुख सुखी होगी इहदी। चल रू नू तो शांति मिले जाऊ, जे मर गया मैं डॉक्टर नु लेना पहला। बे मेरी एक गल सुन, बे पिंड च रौला ना पा के आई, किसे नु पता ना लगे। कोई ना मेन मेन घरां दा मैं दस्यूं आपे। बे कुत्तिया हां बे पंग ठीक है, तू आए कदे भी किसी नु दसना नहीं, होर भकाई मरी जांदी आ। ਸਾਡੇ ਦਾ ਪ੍ਰਾਹੁਣੇ ਰੱਬਾ ਕੀ ਹੋ ਗਿਆ ਪ੍ਰਾਹੁਣੇ ਨੂੰ, ਰੁੜ ਜਾਣਿਆ ਸ਼ੁਕਰਾ ਜਾਨੂ ਇਹ ਪਿਆਗਾ, ਜਾਨੂ ਮੈਂ ਆਪਦਾ ਢਿੱਡ ਭਰ ਲਵਾਂ। ਜੇ ਇੱਥੇ ਆ ਕੇ ਬਹਿ ਗਏ ਆਂਢ ਗਵਾਂਢ ਦੇ ਲੋਕ ਤਾਂ ਮੇਰੇ ਤੋਂ ਤਾਂ ਕੁਛ ਖਾਧਾ ਵੀ ਨਹੀਂ ਜਾਣਾ, ਨਾਲੇ ਜੇ ਨਾ ਖਾਧਾ ਤਾਂ ਇਹਨੂੰ ਭੁੱਖੇ ਢਿੱਡ ਰੋਊਂਗੀ ਕਿਵੇਂ, ਰੋਣ ਦਾ ਡਰਾਮਾ ਵੀ ਤਾਂ ਕਰਨਾ ਪਊਗਾ। ਇੱਕ ਵਾਰੀ ਹੋਰ ਚੈੱਕ ਕਰ ਲਾਂ ਮਾੜਾ ਜਿਹਾ, ਸ਼ੁਕਰਾ ਰੱਬਾ ਤੇਰਾ, ਮੈਂ ਤਾਂ ਤੇਰਾ ਲੱਖ ਵਾਰੀ ਸ਼ੁਕਰ ਮਨਾਉਂਗੀ। ਮੈਂ ਤਾਂ ਪਹਿਲਾਂ ਢਿੱਡ ਭਰ ਕੇ ਆਉਂਦੀ ਹਾਂ ਆਪਦਾ, ਫਿਰ ਦੇਖੂੰਗੀ ਕੋਈ ਕੰਮ। ਲੈ ਜਾਗਰਾ ਇਹ ਤਾਂ ਖਾਸਾ ਟਾਈਮ ਲਾਊਗੀ, ਇਹਦਾ ਖਾ ਖੂ ਕੇ ਰੱਜ ਰੁੱਜ ਕੇ ਫਿਰ ਆਊਗੀ। ਮੇਰੇ ਤਾਂ ਪਿਸ਼ਾਬ ਦਾ ਜ਼ੋਰ ਬਹੁਤ ਫਿਰ ਹੈ, ਛੇਤੀ ਜਾ ਕੇ ਪਹਿਲਾਂ ਪਿਸ਼ਾਬ ਕਰੇ ਜਾ ਕੇ, ਇਹਦਾ ਬੜਾ ਟਾਈਮ ਲਊਗੀ ਵੀ ਜਾਣ 'ਚ ਤਾਂ। ਮੈਂ ਹੁਣ ਲੰਘਿਆ ਨਾ ਪਿਸ਼ਾਬ ਮਿੱਟ 'ਚ ਕਦਮ ਜਾ ਕੇ ਮੈਂ ਮੈਂ ਤਾਂ ਕਿਹਾ ਸੀ ਰੱਬ ਨੇ ਮੇਰੀ ਸੁਣ ਲਈ ਨੇੜੇ ਹੋ ਕੇ, ਪਰ ਲੱਗਦਾ ਇਹ ਨਹੀਂ ਮਰਦਾ, ਨਿਕਲ ਗਿਆ ਹੋਊਗਾ ਕਿਤੇ। ਕਿੱਥੇ ਗਿਆ, ਮੇਰੇ ਤਾਂ ਸਾਰੇ ਕਰੇ ਕਤਰੇ ਤੇ ਪਾਣੀ ਹੋਈ ਪੈ ਗਿਆ, ਦੱਸ ਸਾਰਾ ਮੂਡ ਖਰਾਬ ਹੋ ਗਿਆ। ਇਹ ਤਾਂ ਲੱਗਦਾ ਸਖਾਲਾ ਨਹੀਂ ਮਰਦਾ ਹੈਗਾ ਮੈਨੂੰ, ਕਾਹਨੂੰ ਮੇਰਾ ਪੈਂਡਾ ਛੱਡੂ ਇਹ ਇੰਨੀ ਛੇਤੀ ਪ੍ਰੇਤ। ਚੱਲ ਕਰ ਲਾ ਕੰਮ ਤੂੰ ਤਾਂ ਆਪਦਾ ਕੋਈ ਅੰਦਰ ਜਾ ਕੇ, ਇਹਨੇ ਕਿੱਥੇ ਐਡੀ ਛੇਤੀ ਮਰਨਾ, ਬਾਬੇ ਨੇ ਵੀ ਨਹੀਂ ਸੁਣੀ ਮੇਰੀ ਤਾਂ। ਲੈ ਮਾਣਾ ਕਿਸੇ ਨੂੰ ਨਹੀਂ ਪਤਾ ਲੱਗਿਆ, ਉਹ ਅੰਦਰ ਹੀ ਬੈਠੀ ਝੁੱਸਣ ਲੱਗ ਰਹੀ ਹੋਊਗੀ, ਉਹਨੂੰ ਕਹੋਗੀ ਜਾਗਰ ਦਾ ਮਰ ਗਿਆ। ਭਾਈ ਜਾਗਰ ਦਾ ਬੜਾ ਦਿਮਾਗ ਹੈ, ਉਹ ਜਾਗਰ ਦਾ ਜਾਗਰ ਨਹੀਂ ਮਾਰ ਖਾਂਦਾ। ਲੈ ਜਾਗਰ ਉਵੇਂ ਪੈ ਜਾ, ਹਲੇ ਕੋਈ ਨਹੀਂ ਆਇਆ। ਚਲੋ ਲੇਟ ਹੋ ਗਏ। ਉਹ ਡਾਕਟਰ ਸਾਹਿਬ ਖੇਤ ਖੂਤ ਤਾਂ ਸਾਰਾ ਕੁਝ ਠੀਕ ਹੈ, ਤਾਂ ਸਾਡਾ ਪ੍ਰਾਹੁਣਾ ਹੀ ਬਿਮਾਰ ਹੋ ਗਿਆ ਬਸ। ਆਜੋ ਓਏ ਖੇਤ ਨਹੀਂ ਲੇਟ। ਉਹ ਡਾਕਟਰ ਸਾਹਿਬ ਜਦੋਂ ਘਰੇ ਆਏ ਉਹ ਚਾਹ ਵੀ ਪਿਆਵਾਂਗੇ, ਚਾਹ ਪੇ ਮੈਨੂੰ ਥੋੜੂ ਜਾਣ ਦੇਣਾ। ਆਜੋ ਕਰਾਂ ਕੀ ਕਹੀ ਜਾਣਾ ਤੂੰ ਆਹੀ ਪਿਆ। ਹਾਂ ਪਿਆ ਡਾਕਟਰ ਸਾਹਿਬ। ਦੇਖੋ ਡਾਕਟਰ ਸਾਹਿਬ ਘਰੋਂ ਇਹਨੂੰ ਚੱਕ ਜੀ, ਪ੍ਰਾਹੁਣਾ ਜੀ ਸਾਡਾ ਦਾ ਬਹੁਤ ਵਧੀਆ ਬੰਦਾ ਜੀ, ਇਹਦੀ ਛੇਤੀ ਲੋਡ ਕਰ ਦਿਓ ਜੀ ਇਹਨੂੰ।
ओए तू पै कर डांस करा ओ डांस नहीं तू दूध ले आ हां दूध दूध हां 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 मीठा पाके हां मिलो ना ले आ ओए जगरा पंग ओए जगरा ओए दूध ना डोल दी किवें टिचक जा मारदा आउंदा चाह नहीं है चाह नहीं है दूध है जी दूध ओए दूध ए ए चलो जी करो ट्रीटमेंट तुसी होर गल्ला छड्डो करदा करदा डॉक्टर साहब सारा दूध तुसीं पीए ओए मेथों ऐसा गुस्सा देखे नहीं आंदा तेनू तो मैं हुण घोड़े वर्गा करदा ना डॉक्टर साहब मड़ा जिहा नाल उच्ची बोलिया करो मैनू उच्चा हुंदा जी चंगा ਲੋ ਕਿੱਥੇ ਆ ਨੰਗਾ ਕੱਪੜੇ ਦਾ ਪਾ ਰਹੇ ਡਾਕਟਰ ਸਾਹਿਬ ਤੁਸੀਂ ਵੀ ਬਾਲੇ ਮਜ਼ਾਕ ਕਰਦੇ ਜੀ ਓਏ ਮਹਾ ਚੰਗਾ 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 ਠੀਕ ਹੈ ਚੰਗਾ ਚੰਗਾ ਲੈ ਇਹਨੂੰ ਪਾਸਾ ਦਬਾ ਪਾਸੇ ਭੇਜਣਾ ਮਰਿਆ ਪਿਆ ਜੀ ਕਿੱਥੇ ਪਾਸੇ ਜਾਊ ਓਏ ਟੀਕਾ ਲਾਵਾਂਗੇ ਪਾਸਾ ਦਬਾ ਦੇ ਪਾਸਾ ਮੁੱਦਾ ਕਰਦਾ ਮੁੱਦਾ ਹਾਂ 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 ਮੈਂ ਤਾਂ ਹੁਣ ਕਰ ਦੂੰ ਇਹਨੂੰ ਘੋੜੇ ਵਰਗਾ ਚੱਲ ਪਿਆ ਉਹ ਜਗਰਾ ਉਹ ਕੀ ਹੋ ਗਿਆ ਜਗਰਾ ਤੂੰ ਮੈਨੂੰ ਮਾਰ ਕੇ ਰਾਜੀ ਸਾਲਾ ਪ੍ਰਾਹੁਣੇ ਨੂੰ ਕੀ ਹੋ ਗਿਆ ਇਹ ਮੇਰਾ ਸਾਰਾ ਕੁੜੀ ਭਰਦਾ ਮੇਰੇ ਦਾ ਮੈਂ ਤਾਂ ਪੈਣ ਪਣਾ ਪੈਦਾ ਮੈਂ ਤਾਂ ਮਾਰੀ ਤੋਂ ਹੀ ਬੁੜਾ ਭਰਦਾ ਮੇਰੇ ਦਾ ਉਹ ਪ੍ਰਾਹੁਣਿਆ ਤੈਨੂੰ ਕੀ ਹੋ ਗਿਆ ਜੀ ਸਾਨੂੰ ਹੋ ਗਿਆ ਬਿਮਾਰ ਬਮੂਰ ਹੋ ਗਿਆ ਚੰਗਾ ਲਿਆਂਦਾ ਡਾਕਟਰ ਮਰਿਆ ਤੂੰ ਤਾਂ ਸਾਨੂੰ ਕੁੱਟਣੇ ਲੱਗ ਗਿਆ ਓਏ ਮੈਂ ਚੰਗਾ ਆਪਣਾ ਆਦੀ ਮੈਂ ਸੁੱਤਾ ਪਿਆ ਸੀ ਨੀਂਦ ਚ ਦੀ ਮੈਂ ਰਾਤ ਡਾਕਟਰ ਸਾਹਿਬ ਸੌਰੀ ਸੌਰੀ ਇਹਨੂੰ ਕੁਛ ਨਹੀਂ ਪਤਾ ਲੱਗਦਾ ਇਹ ਤਾਂ ਉਹੀ ਮਗਰ ਪੈ ਜਾਂਦਾ ਅਗਲੇ ਦੇ ਓਏ ਜਗਰਾ ਮੈਨੂੰ ਤਾਂ ਤੇਰੀ ਸੋਚ ਵਾਲੀ ਦੀ ਡਾਕਟਰ ਸਾਹਿਬ ਇਹਦਾ ਬਲੱਡ ਵੱਧਦਾ ਕੋਈ ਨਾ ਗੁੱਸਾ ਨਾ ਕਰਿਓ ਜੀ ਪ੍ਰਾਹੁਣਾ ਸਾਡਾ ਊਂ ਦਿਲਦਾ ਬਹੁਤ ਚੰਗਾ ਜੀ ਬਸ ਮੈਂ ਇੰਜੈਕਸ਼ਨ ਲਾਤਾ ਹੁਣ ਠੀਕ ਹੋ ਜੂ ਇਹ ਡਾਕਟਰ ਸਾਹਿਬ ਤੁਸੀਂ ਜਾਓ ਜਾਂਦੇ ਕਿ ਨਾ ਤੂੰ ਪਹਿਲਾਂ ਪਹਿਲਾਂ ਮੈਂ ਤਾਂ ਜੱਲੀ ਮਨ ਆਪਾਂ ਨੂੰ ਬੱਚਾ ਜੀ ਦੱਸ ਹੈ ਆਹੀ ਜੀਰੀ ਰਹਿ ਗਈ ਭੋਰਾ ਦੱਸ ਮੇਰੀ ਗੱਲ ਸੁਣੋ ਜੀ ਹਾਂ ਜੀ ਦੱਸੋ ਉਹ ਮੈਂ ਉਧਰ ਸਿੰਧੋ ਕੇ ਜਾਇਆ ਮੈਂ ਉਹਨਾਂ ਦੀ ਮਰਗ ਹੋ ਗਈ ਸੀਗੀ ਗਈ ਨਹੀਂ ਮੈਂ ਕਿੰਨੇ ਦਿਨ ਹੋ ਗਏ ਅੱਛਾ ਤੇ ਤੂੰ ਆਹ ਜੀਰੀ ਰਹਿ ਗਈ ਆਪਣੇ 10 ਕਿਲੋ ਹੋਊਗੀ ਪਤਾ ਨਹੀਂ ਇਹਦਾ ਧਿਆਨ ਰੱਖੀ ਆ ਮੰਗਣ ਮੁੰਗਣ ਵਾਲੀਆਂ ਬਥੇਰੀਆਂ ਫਿਰਦੀਆਂ ਹੁੰਦੀਆਂ ਕਿਤੇ ਚੱਕ ਕੇ ਲੈ ਜਾਣ ਉਹ ਮੈਨੂੰ ਕਿੱਥੇ ਦਿਖਦਾ ਹੈ ਮੈਨੂੰ ਘੱਟ ਦਿਖਣ ਲੱਗ ਗਿਆ ਮੈਂ ਕਿਵੇਂ ਇਹਦੀ ਰੱਖੀ ਰੱਖੂੰਗਾ ਦੱਸ ਚੱਲ ਮੇਰੀ ਗੱਲ ਸੁਣ ਮੈਂ ਤੈਨੂੰ ਡੰਡਾ ਜਿਹਾ ਫੜਾ ਕੇ ਜਾਨੀ ਆ ਬਿੜਕਦਾ ਤਾਂ ਪਤਾ ਲੱਗ ਜੂ ਹਾਂ ਹਾਂ ਇਹ ਤਾਂ ਮੈਨੂੰ ਪਤਾ ਲੱਗ ਜੂ ਬੜਕ ਬੜਕ ਦਾ ਮੈਨੂੰ ਚੌਂਕ ਨੂੰ ਕੱਟ ਲੱਗ ਗਿਆ ਮੈਨੂੰ ਕੀ ਤਾਂ ਹੋ ਗਿਆ ਮੈਨੂੰ ਪਤਾ ਨਹੀਂ ਕੀ ਨਾ ਦੱਸ ਕੀ ਭਾਣਾ ਵਰਤ ਗਿਆ ਹਜੇ ਤਾਂ ਮੇਰੀ ਉਮਰ ਵੀ ਨਹੀਂ ਹੈਗੀ ਕਿਉਂ ਦਿਖਣੋਂ ਹਟ ਗਈ ਪਤਾ ਨਹੀਂ ਕਦੋਂ ਦਿਖ ਲੈ ਇੰਨੀ ਨਿਗਾਹ ਕਮਜ਼ੋਰ ਹੋ ਗਈ ਮੇਰੀ ਤਾਂ ਪਹਿਲਾਂ
ਲੈ ਆ ਫੜ ਲੋ ਹੱਥ ਦੇ ਵਿੱਚ ਜੇ ਕੋਈ ਬੜਕ ਬੜਕ ਆਈ ਤਾਂ ਇਹਨੂੰ ਹਲਾ ਹੋ ਕਰ ਖੜਕਾ ਦਿਓ ਹਾਂ 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 ਇੱਧਰ ਪਈਆ ਜੀਰੀ ਇੱਧਰਲੇ ਪਾਸੇ ਖੱਬੇ ਹੱਥ ਸੱਜੇ ਹੱਥ ਇੱਧਰ ਪਈਆ ਆਹੋ ਆਹੋ ਜਿਵੇਂ ਦੇਖਣੋਂ ਹਟ ਗਈ ਮੈਂ ਤੂੰ ਵੀ ਚਮਕਣੋਂ ਹਟ ਗਈ ਪਤਾ ਨਹੀਂ ਕੀ ਹੋ ਗਿਆ ਕੀ ਚੱਲ ਕੋਈ ਨਾ ਮੈਂ ਜਾ ਆਵਾਂ ਧਿਆਨ ਰੱਖਿਓ ਹੋਰ ਹੋਰ ਬੋਲਾ ਉਹਨਾਂ ਦੇ ਨਹੀਂ ਜਾਗੋ ਕੀ ਰਾਖੀ ਰੱਖਣ ਮੈਂ ਦੱਸ ਕੋਈ ਵਿਹਲਾ ਆਪ ਹੀ ਰੱਖੂਗੀ ਨੀ ਲੋੜ ਹੋਊਗੀ ਜਾਗਣ ਨੂੰ ਪਾਗਲ ਬਣਾ ਦੇ ਜਾਗਰ ਤਾਂ ਮੈਨੂੰ ਮਰ ਖਾਣਾ ਹੈਗਾ ਲੈ ਨੀ ਮੈਂ ਤਾਂ ਇੰਨੀ ਭੁਲੱਕੜ ਆਂਗੀ ਹੁਣ ਚੱਲੀ ਤਾਂ ਹੈਗੀ ਐਡੀ ਦੂਰ ਉਹਦੀ ਗਵਾਂਢਣ ਦੇ ਪੈਸੇ ਵੀ ਦੇਣੇ ਸੀ ਨਹੀਂ ਦੁਬਾਰੇ ਗੇੜਾ ਲੱਗੂਗਾ ਚੱਲ ਘਰ ਕਿਹੜਾ ਹਲੇ ਬਾੜੀ ਦੂਰ ਗਈ ਆਂਗੀ ਜਾ ਕੇ ਚੱਕ ਹੀ ਲਿਆਉਣੀ ਆਗੀ ਦੁਬਾਰੇ ਦੁਬਾਰੇ ਕਿਹੜਾ ਜਾਊ ਉੱਥੇ ਐਡੀ ਦੂਰ ਲੈ ਹੁਣ ਆ ਤਾਂ ਗਈ ਇਹਨੂੰ ਵੀ ਚੈੱਕ ਕਰਦੀ ਹਾਂ ਕਿਤੇ ਐਵੇਂ ਬਹਾਨੇ ਜੇ ਤਾਂ ਨਹੀਂ ਬਣਾਉਂਦਾ ਨਾਟਕ ਕਰਦਾ ਹੋਵੇ ਵੀ ਮੈਨੂੰ ਦੀਂਦਾ ਨਹੀਂ ਦੀਂਦਾ ਇਹਨੂੰ ਸਭ ਕੁਛ ਹੋਵੇ ਇਹਦੇ ਕੋਰ ਦੀ ਦੱਬੇ ਪੈਰੀ ਨੰਗੂੰਗੀ ਮੈਂ ਫਿਰ ਦੇਖਦੀ ਹਾਂ ਕੀ ਕਰਦਾ ਵਾ ਵੀ ਇਹਨੂੰ ਸੱਚੀ ਪਤਾ ਲੱਗਦਾ ਕਿ ਨਹੀਂ ਉਹ ਕਿਹੜਾ ਆ ਗਿਆ ਓਏ ਚੰਗਾ ਬਹੁਤ ਜਗ੍ਹਾ ਤੂੰ ਕਹਿ ਤਾਂ ਦੇ ਕਿ ਮੈਂ ਆ ਗਈ ਜੀ ਨੀ ਤੂੰ ਨੀ ਜੇ ਤੂੰ ਮੈਨੂੰ ਤਾਂ ਯਾਰ ਨਹੀਂ ਦਿਖਦਾ ਤੈਨੂੰ ਤਾਂ ਦਿਖਦਾ ਹੋਣਾ ਬਹਿ ਜਾ ਇੱਥੇ ਹੁਣ ਆਪਦੀ ਰਾਖੀ ਰੱਖ ਲੈ ਜੇ ਕੋਈ ਚੋਰ ਚੂਰ ਆਊਗਾ ਪਤਾ ਨਹੀਂ ਉਹਨੂੰ ਫੜੂਗਾ ਪਤਾ ਨਹੀਂ ਨਹੀਂ ਮੇਰੇ ਪੈ ਐਵੇਂ ਖਾਮ ਖਾ ਧਰਤੀਆਂ ਚੰਗਾ ਮੈਂ ਰਾਖੀ ਰੱਖਦਾ ਚੰਗਾ ਮੇਰੇ ਤੇ ਆ ਕੇ ਚੜ ਗਈ ਕੁੜੀਆਂ ਤੂੰ ਕਿਵੇਂ ਡੁਸਕ ਜੀ ਜਾਂਦੀਆਂ ਕੀ ਹੋ ਗਿਆ ਉਹਨੇ ਮੈਨੂੰ ਕੁੱਟਿਆ ਛੋਟੇ ਚ ਬੱਜੀ ਤੂੰ ਝੋਟੇ ਲਵੇ ਕੇ ਅੰਬ ਲੈਣ ਗਈ ਜੀ ਬੌਲੀ ਮੈਂ ਤੇਰੇ ਜੀਜੇ ਨੇ ਮੈਨੂੰ ਕੁੱਟਿਆ ਕੁੱਟਿਆ ਉਹਦਾ ਮੈਂ ਕਰਦਾ ਇਹਦਾ ਇਲਾਜ ਮੈਨੂੰ ਕਰਨੀ ਪਊਗਾ ਬਾਲੀ ਹੱਥ ਖੁਣ ਕੇ ਖੜ ਜਾ ਤੇ ਮੇਰੀ ਗੱਲ ਤਾਂ ਸੁਣ ਹਾਂ ਰਹਿਣ ਦੇ ਤੂੰ ਨਾ ਮੈਂ ਨਹੀਂ ਛੱਡ ਤੈਨੂੰ ਅੱਜ ਰਹਿਣ ਦੇ ਰਹਿਣ ਦੇ ਕੁਝ ਨਹੀਂ ਕਰਨਾ ਰਹਿਣ ਦੇ ਤੂੰ ਕੁੱਟੀ ਨਾ ਉਹਨੂੰ ਰਹਿਣ ਦੇ ਇਹਦਾ ਹੱਥੇ ਖੁਲ ਗਿਆ ਕੁੜੀ ਦਾ ਹੱਥ ਚੱਕਣ ਦਾ ਕੀ ਮਤਲਬ ਬਣਿਆ ਇੱਥੋਂ ਫੜ ਕੇ ਘੁਮਾਤਾ ਮੈਨੂੰ ਮੋਰ ਬਣਾਤਾ ਛੱਡੀ ਮੇਰੇ ਆਣ ਦੇ ਆਣ ਦੇ ਕਾਨੂੰ ਛੱਡ ਪਰਿਆ ਉਹਨੂੰ ਦੀਂਦਾ ਤਾਂ ਹੈ ਨਹੀਂ ਚਲ ਮਰਦਾ ਮਰ ਜੰਦੇ ਦੀਂਦਾ ਨਹੀਂ ਉਹਨੂੰ ਦੀਂਦਾ ਨਹੀਂ ਹੈਗਾ ਅੱਖਾਂ ਤੋਂ ਠੀਕ ਹੈ ਠੀਕ ਹੈ ਛੱਡ ਪਰਿਆ ਰਹਿਣ ਦੇ ਉਹਨੂੰ ਪਤਾ ਨਹੀਂ ਲੱਗਿਆ ਚਲ ਕੋਈ ਨਾ ਚੰਗਾ ਚੰਗਾ ਤੂੰ ਐ ਕਰ ਉਰੇ ਕੀ ਕਰੇਗਾ ਉਹਨੂੰ ਖੇਤ ਲੈ ਜਾ ਮੱਸਿਆ ਦੇ ਕੀ ਕਰਾਂਗੇ ਮੱਸਿਆ ਦੇ ਪਰਸੋਂ ਜਾ ਤੂੰ ਇਹਨੂੰ ਆ ਹਾਂ ਵੇ ਤੂੰ ਤਾਂ ਮੈਨੂੰ ਦੁਖੀ ਕਰਤਾ ਹਾਂ ਉਹਨੂੰ ਖੇਤ ਲੈ ਜਾ ਖੇਤ ਉੱਥੇ ਲੈ ਜਾ ਖੇਤ ਬਗਦੇ ਨਾ ਲੈ ਜਾ ਉਹਨੂੰ ਵੀ ਲੈ ਜਾ ਪਰੌਣੇ ਨੂੰ ਨਾਲ ਲੈ ਜਾ ਹਾਂ ਲੈ ਜਾ ਆ ਮੈਂ ਬਾਲਟੀ ਚੱਕ ਲਾਂ ਮੈਂ ਆਪ ਹੀ ਕਰ ਦੂੰ ਤੂੰ ਜਾ ਚੰਗਾ ਕਿੱਥੇ ਰੁੜ ਜਾ ਰਿਹਾ ਨੇ ਮੇਰਾ ਲਹੂ ਪੀਤਾ ਵਾਹ ਬਈ ਜਾਗਰਾ ਇਹਨੂੰ ਤਾਂ ਲੱਗਦਾ ਕਿ ਬਾਬਾ ਕਰਾਈ ਜਾਂਦਾ ਸਾਰਾ ਕੁਛ ਕੀ ਇਹਦਾ ਅੰਨਾ ਹੋ ਗਿਆ ਇਹਨੂੰ ਐ ਨਹੀਂ ਪਤਾ ਕਿ ਜਾਗਰ ਬਹੁਤ ਕੁੱਤੀ ਸ਼ੈ ਹੈ ਨਾਲੇ ਵਿਹਲੇ ਉਹ ਆ ਇੱਕ ਕੰਜਰਾ ਲਾਂਗੜਾ ਜਾਂਦਾ ਉਹਨੂੰ ਸੁਣੇ ਨਾ ਦੇਖੇ ਕੜੀਸ ਕੜੀਸ ਕਿਉਂ ਤੁਰਦਾ ਚੱਲ ਉਹ ਕੰਮ ਕਰੀ ਜਾਂਦਾ ਸੀਰੀਆਂ ਪਾਲੀਆਂ ਵਾਂਗੂ ਜਾਗਰ ਪਾ ਕੇ ਚਿੱਟਾ ਤੰਬੀ ਕੁੜਤਾ ਵਿਹਲਾ ਬਾਹ ਨਹੀਂ ਤੇਰੇ ਤਾਂ ਵਧੀਆ ਕਰਤਾ ਇਹਨੇ ਚੰਗੀਆਂ ਸੁੱਖਾਂ ਸੁਖਦੀ ਦੀ ਜਾਗਰ ਮਰ ਜੇ ਉਹ ਜਾਗਰ ਦਾ ਕੌਲੀ ਵੇੜ ਵਾਂਗੂ ਵੱਧਦਾ ਚੱਲ ਜਾਗਰਾ ਗੇੜਾ ਗੁੜ ਦਾ ਕਿੱਥੇ ਮਰਾਂ ਗਏ ਮੈਂ ਕਹਿੰਦਾ ਥੀ ਪੈ ਜਾ ਬਣੀਆ ਕਦੋਂ ਜੀ ਕਹਿੰਦਾ ਥੋੜਾ ਫੇਰ ਬਣਿਆ ਤੈਨੂੰ ਮਰਦਾ ਫੜ ਕੇ ਕਰਦਾ ਚ ਨਾ ਬੋਲਣ ਜੋਗੀ ਕਿਹਦਾ ਅੰਨਾ ਹੈ
हाँ दस वे प्रौने भैन ने कहा कहनी खेत केड़ा मारे खेत है कहनी नाले प्रौने ले आप दो इनू अच्छा अच्छा कोई ना ऐ कर हाथ पटा दे मैनू चमकन हट के दिखनो हट गया गोली हां ब्राणा मरा तुर जाए बहुत टाइम च पहुंचा गया आपा ना ना मड़ी जी गल पिछे यार मोटरसाइकिल कानू छेड़ना दी मेरे प्रौने तेन पता है मेरा लंग जा तंग करदा एकदम मेनू दीना नहीं यार एक तेन दुखी करके तू मेरी बांह फट के रखा जमीन आ घबरा आ गया खेत अपना लगता और खेत आ गया प्रौणिया आ पिया मजा तू इतने बहिया इतने मैं देखना फिर कोई कम धंधा नाले दस की करना आ नाले टोए च ना पैर फसा ली ओ कोई ना मैनू माड़ा मोटा दींदा दींदा नाले चाबी पई है इट थले लींड थले ਪ੍ਰਾਹੁਣਾ ਲੀਂਡ ਥੱਲੇ ਚਾਬੀ ਕੌਣ ਧਰਦਾ ਇੱਟ ਥੱਲੇ ਕਹਿਣਾ ਇੱਟ ਥੱਲੇ ਚਾਬੀ ਪਈ ਹੈ ਕਹੀ ਕੱਢ ਲੈ ਇਧਰੋਂ ਅੱਛਾ ਇੱਟ ਥੱਲੇ ਚਾਬੀ ਪਈ ਹੈ ਠੀਕ ਹੈ ਨਾਲੇ ਕਹੀ ਚੱਕ ਲਿਆ ਮੈਂ ਅੰਦਰੋਂ ਹੋਰ ਚੱਕ ਲਿਆ ਮੈਨੇ ਮੈਰਾ ਮੈਨੂੰ ਦੀਦਾ ਘੱਟ ਹੈ ਨਾਲੇ ਕਹੀ ਦਾ ਆਪਾਂ ਹੁਣ ਕਰਾਂਗੇ ਕੀ ਓਏ ਬੱਟਾਂ ਖੜ ਕੇ ਆਣੇ ਨੇ ਭਰਨੇ ਉਧਰ ਆਪਾਂ ਕਿਹਦੇ ਨਾਲ ਲੜ ਕੇ ਆਉਣਾ ਕਿਹੜਾ ਕਰੂਗਾ ਮੈਂ ਕਹਿੰਦਾ ਕੰਮ ਓ ਮਾਹਾ ਪਹੀ ਉਹ ਪਹੀ ਨੀ ਓਏ ਬੱਟਾਂ ਕੱਢ ਕੇ ਆਣੀਆਂ ਨੇ ਬਾਈ ਓਏ ਅੱਛਾ ਬੱਟਾਂ ਕੱਢ ਕੇ ਆਉਣੀਆਂ ਠੀਕ ਹੈ ਕਿੱਥੋਂ ਬੋਲੀ ਨਾ ਬਾਹ ਪੈ ਗਿਆ ਕਿਹੜਾ ਇਹਦਾ ਮੇਰਾ ਵੀ ਦਿਮਾਗ ਖਲੇ ਹੋਊਗਾ ਊਂ ਤਾਂ ਜਿਹੜਾ ਕੰਮ ਨੂੰ ਤਾਂ ਵਧੀਆ ਹੈ ਕਹਿੰਦੇ ਕੰਜਰ ਦਾ ਪਰ ਇਹਦਾ ਜੁੱਲੂ ਕੌਣ ਆ ਸੁਣਦੀ ਨਹੀਂ ਤਾਂ ਮੈਨੂੰ ਵੀ ਸੁਣਨ ਹੋਟਾ ਦੂਗਾ ਦਮ ਕੱਢਤਾ ਬੋਲੀ ਜੀ ਨੇ ਕਿੱਥੋਂ ਉਤਲਾ ਕਿਤੇ ਨੇ ਓਏ ਆ ਜਾ ਅੰਦਰ ਹੀ ਵੜ ਗਿਆ ਪ੍ਰਾਹੁਣੇ ਦੇ ਪਤਾ ਨੀ ਕੀ ਹੋ ਰਿਹਾ ਵਿਆਹ ਤੋਂ ਪਹਿਲਾਂ ਤਾਂ ਚੰਗਾ ਭਲਾ ਦੀ ਗੰਜਰ ਦਾ ਇਹਨੂੰ ਲੱਗਦਾ ਊਂ ਕੋਈ ਉਪਰੀ ਹਵਾ ਹਵਾ ਲੱਗ ਗਈ ਲੈ ਕੇ ਜਾਣਾ ਬੂਏ ਨੂੰ ਬਾਬੇ ਪਦੜਨਾਥ ਜੀ ਲਵੇ ਉਹੀ ਕਰਨਗੇ ਇਹਨੂੰ ਸੈੱਟ ਓਏ ਕੱਢ ਲਿਆ ਕਹੀ ਓਏ ਅੰਦਰ ਬੈਠਾ ਕੀ ਕਰੀ ਜਾਂਦਾ ਤੂੰ ਨਾਲੇ ਉਰੇ ਆ ਜਾ ਤੈਨੂੰ ਮੈਂ ਕੰਮ ਦੱਸਦਾ ਤੈਨੂੰ ਕਿੱਥੇ ਆ ਸੱਪ ਪ੍ਰਾਹੁਣੇ ਆ ਹਾਏ ਓਏ ਰੱਬਾ ਓਏ ਓਏ ਉਰੇ ਬਹਿ ਜਾ ਮੇਰੇ ਕੋਲੇ ਬਹਿ ਜਾ ਮੈਨੂੰ ਕਮੜਾ ਘੱਟ ਦਿੰਦਾ ਅੱਛਾ ਲਵੇ ਹਾਂ ਬਹਿ ਗਿਆ ਕੰਨ ਲਾਲਾ ਲਵੇ ਮੇਰੇ ਓਏ ਕਿਹੜੀ ਆ ਸਾਹਮਣੇ ਬੱਟ ਨਹੀਂ ਜਾਂਦੀ ਇਹ ਆ ਸਾਹਮਣੇ ਬੱਟ ਜਾਂਦੀ ਹੈ ਕਿਹੜੀ ਸਾਹਮਣੇ ਦੇਖਣੀ ਅਗਲਾ ਚਾ ਓ ਪਰਲੀ ਸੜਕ ਕਹਿੰਦੇ ਓਏ ਸੜਕ ਕਹਿਣੂ ਬੱਟ ਹੈ ਬੱਟ ਕਿਹੜੀ ਆ ਸਾਹਮਣੇ ਦੇ ਕੱਟਣ ਵਾਲੀ ਪਈ ਹੈ ਅੱਛਾ ਬੱਟ ਕਹਿੰਦਾ ਬੱਟ ਹਾਂ ਆਪਣੀ ਇਹ ਬੱਟ ਆ ਇਹ ਆਪਣੀ ਨਹੀਂ ਹੈਗੀ ਅੱਛਾ ਇਹ ਗਮੰਡੇ ਦੀ ਬੱਟ ਹੈ ਠੀਕ ਹੈ ਨਾ ਇਹ ਗਮੰਡੀਆਂ ਦੀ ਸੱਟ ਹੈ ਕਮਾਂਡੀਆਂ ਦੀ ਬੱਟ ਹੈ ਬੱਟ ਇਹਦੇ ਨਾਲ ਚੜ ਜੀ ਬੈਰੇ ਨਾਲ ਆਪਾਂ ਨਾ 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 ਆਪਾਂ ਨੂੰ ਚੜਨ ਦੀ ਕੀ ਲੋੜ ਹੈ ਕਿਸ ਦੀ ਬੱਟ ਦੇ ਆਪਾਂ ਜਿਹੜੀ ਤੂੰ ਕਹੇਂਗਾ ਉਹਦੇ ਚੜਾਂਗੇ ਜਿਹੜੀ ਆਪਣੀਆਂ ਪਰਾਉਣੇ ਆ ਹਾਂ ਇਹਦੇ ਨਾਲ ਜਾਈ ਉਹ ਪਰਲੀ ਬੱਟ ਦੇ ਵਗ ਜਾ ਉਹਨੂੰ ਕਹਿੰਦੇ ਸਾਰੇ ਨੂੰ ਖੱਬਲ ਚੁਗਿਆ ਕੱਢ ਕੇ ਇਹਦਾ ਵਧੀਆ ਨਾਲ ਕੱਢ ਕੇ ਠੀਕ ਹੈ ਨਾ ਨਾ ਲੜਾ ਲੜ ਕੇ ਆਵਾਂ ਉਹਨਾਂ ਨਾਲ ਲੜਨਾ ਲੜਨਾ ਕਾਹਨੂੰ ਹੈ ਬੱਟ ਦੇ ਵਗ ਜਾ ਪਰਲੀ ਬੱਟ ਕੱਢੇ ਕਹਿੰਦੇ ਖੱਬਲ ਹੋ ਰਹੇ ਅੱਛਾ ਕੱਢਿਆ ਹਾਂ ਕੱਢਿਆ ਤੂੰ ਟੈਨਸ਼ਨ ਨਾ ਲੈ ਮੈਂ ਸਾਰੇ ਕੰਮ ਜਿਹਦੀ ਹੁਣ ਚੁਕਾਏ ਪੂਛ ਗੋਲੀ ਮੇਰਾ ਨਾਮ ਹੀ ਨਹੀਂ ਤੇਰੇ ਕਰਦੇ ਨੇ ਕਿਸੇ ਗੱਲ ਦੀ ਤੇ ਰਿਹਾ ਹਾਂ ਸਹੀ ਗੱਲ ਹੈ ਵਗ ਜਾ ਚੰਗਾ ਮੈਂ ਉਰੀ ਬੈਠਾ ਜਾਇਆ ਮੈਂ ਫਿਰ ਹਾਂ ਜਾਇਆ ਤੂੰ ਆਪਦਾ ਉਰੇ ਪੈ ਗਿਆ 10 ਮਿੰਟ ਆਰਾਮ ਕਰ ਰਿਹਾ ਮੈਨੂੰ ਚੌਂਕ ਦਿਖਣੋਂ ਹੀ ਹਟ ਗਿਆ ਮੈਨੂੰ ਤਾਂ ਨਾ ਨਾ ਮੈਨੂੰ ਵੀ ਭੈਣ ਨੇ ਕਿਹਾ ਹੋਇਆ ਕਹਿੰਦੀ ਪ੍ਰਾਹੁਣੇ ਤੇ ਨਹੀਂ ਪੋਰਾ ਵੀ ਕੰਮ ਕਰਾਉਣਾ ਚੰਗਾ ਕਿਹਨੇ ਰੱਖਿਆ ਤੇਰਾ ਨਾਲ ਗੋਲੀ ਨੂੰ ਕੰਮ ਤਾਂ ਤੇਰੇ ਘੋੜੀ ਵਾਲੇ ਨੇ ਲੈ ਵੀ ਮਿੱਤਰਾ ਪ੍ਰਾਹੁਣੇ ਨੇ ਆਇਆ ਇਸ਼ਾਰੇ ਜੇ ਕਰਕੇ ਸਮਝਿਆ ਦੀਦੀ ਜਿਹੜੀ ਉਹ ਬੱਟ ਹੈ ਉਹ ਤਾਂ ਆਪਣੇ ਗਵਾਂਢੀਆਂ ਦੀ ਹੈ ਜਿਹੜੀ ਆਹ ਬੱਟ ਹੈ ਵੀ ਇਹਨੂੰ ਘੜ ਕੇ ਤੁਰ ਤੱਕ ਇਹਨੂੰ ਐਨ ਚੰਗੀ ਤਰ੍ਹਾਂ ਘੜਦੀ ਠੀਕ ਹੈ ਹੁਣ ਮੈਂ ਸਮਝ ਗਿਆ ਗੱਲ ਪੂਰੀ ਹੁਣ ਮੈਂ ਇਹਦੀ 5 ਮਿੰਟਾਂ ਦੇ ਪੂੰਝ ਚੁਕਾ ਦੂੰ ਇਹ ਕਿਹੜੀ ਕਿ ਬੱਟ ਹੈ ਪਿੰਡ ਬਥੇਰੀਆਂ ਬੱਟਾਂ ਘੜੀਆਂ ਨੇ ਮੈਂ
ਖੁੱਬਲ ਖੁੱਬਲ ਜਿਹਾ ਵੀ ਬਹੁਤ ਹੋ ਰਿਹਾ ਬੱਟਾਂ ਤੇ। ਇਹ ਪ੍ਰਾਹੁਣੇ ਨੇ ਕਿਹੜਾ ਕਰੀਆਂ ਹੋਈਆਂ ਅਗਲੇ ਦਿੰਦਾ ਭਾਲ ਦਾ ਇਹਨੂੰ ਹੈ ਨਹੀਂ। ਆ ਕਿਹੜਾ ਮੇਰਾ ਸਾਲਾ ਬਿੰਗਾ ਜਾ ਜਿਹੜਾ ਮੇਰੀ ਬੱਟ ਘੜ ਲੈ ਰਿਹਾ, ਕਦੇ ਦੇਖਿਆ ਨਹੀਂ ਕਰਿਆ ਨੀ, ਇਹਨੂੰ ਮੈਂ ਦੇਖਦਾ ਮੇਰੇ ਸਾਲੇ ਨੂੰ। ਉਹ ਖੜ ਜਾ, ਉਹ ਕਿਹੜਾ ਤੂੰ ਓਏ ਜਿਹੜਾ ਤੂੰ ਜਿਹੜਾ ਸਾਡੀ ਬੱਟ ਵੱਢੀ ਜਾਂਦਾ, ਕੀ ਤੂੰ ਪੁੱਛ ਕੇ ਲੱਗਿਆ ਉਰੇ? ਗਾਲ ਕੱਢੀ ਹੈ ਨਾ ਮੈਂ ਭਾਈ ਤੈਨੂੰ ਕਦੋਂ ਗਾਲ ਕੱਢੀ ਹੈ? ਸਾਲਾ ਮੈਨੂੰ ਤਾਂ ਬੋਲੀ ਲੱਗਦਾ। ਓਏ ਬੱਟ ਕਿਉਂ ਵੱਢੀ? ਐਂ ਕਹਿਣਾ ਤੈਨੂੰ ਸੁਣਦਾ ਨਹੀਂ ਹੈਗਾ। ਬੱਟ ਛੋਟੀ ਹੈ, ਹੋਰ ਕੀਤੀ ਹੈ? ਮੈਨੂੰ ਤਾਂ ਜਾਗਰ ਨੇ ਕਹਿ ਦੀ ਬਾਈ ਮੈਂ ਤਾਂ ਉਹਦਾ ਸਾਲਾ, ਕਹਿੰਦਾ ਉਹ ਬੱਟ ਜੀ ਹੈ ਉੱਤੇ, ਕਹਿੰਦਾ ਉਹਦੀ ਘੜਕੇ ਤੁਰ ਤੱਕ ਗੱਲ ਬਣਾ ਦੇ, ਉਹਨੂੰ ਘੱਟ ਦਿੰਦਾ ਨਾ। ਮੈਂ ਕੀ ਕਰਾਂ, ਜਿਹਦਾ ਮਰਜ਼ੀ ਸਾਲਾ ਹੋਵੇ ਤੂੰ ਬੱਟ ਕਿਉਂ ਵੱਢਦਾ ਸਾਡੀ? ਤੂੰ ਗੜ ਜਾ ਕਿਵੇਂ ਪੈਣਾ ਹੋਵੇ? ਤੂੰ ਖੜ ਜਾ, ਇੱਕ ਮਿੰਟ ਇੱਥੇ ਹੀ ਖੜ ਜਾ, ਇੱਥੇ ਹੀ ਖੜ ਜਾ। ਕਿਉਂ ਮੈਂ ਲਿਆਉਣਾ ਮੇਰੇ ਚਾਚੇ ਨੂੰ ਬੁਲਾ ਕੇ? ਥਾਣੇ ਜਾਂਦਾ ਜਾ, ਭੱਜ ਜਾ, ਅਸੀਂ ਕੀ ਟੁੱਟਦੇ ਹਾਂ ਥਾਣੇ ਨੂੰ ਲੈ ਜਾਓ। ਜਾਗਰ ਆ ਗਿਆ ਪ੍ਰਾਹੁਣਾ ਆਪੇ ਸਾਹਮਣੇ ਨੂੰ ਅੰਦਰਾ ਬੋਕ ਜਾ, ਕੰਜਰ ਦੇ ਨੇ ਮਾਰੇ ਇੱਥੇ ਦੇ ਰਿੱਛ ਵਰਗਾ ਦਾ ਪਿਆ, ਭੱਜ ਲੈ ਮਿੱਤਰਾ, ਕੀ ਮੰਗਦਾ ਹੈ? ਉਦੋਂ ਕਹਿੰਦਾ ਕਣਕਾਂ ਨੂੰ ਪਹਿਲਾਂ ਪਾਣੀ ਲਾਉਂਦੇ ਜੱਟ, ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਬੋਲਣ। ਉਹ ਤਾਂ ਕਿਹੜੀ ਵੱਟ ਵੱਢਣ ਨੂੰ ਕਿਹਾ ਸੀ? ਮੈਂ ਤਾਂ ਉਹ ਵੱਟ ਵੱਢਣ ਲੱਗ ਰਹੀ ਸੀ, ਉਹ ਗਵਾਂਢੀਆਂ ਦਾ ਮੁੰਡਾ ਜਿਹਾ ਲੱਗਦਾ, ਆ ਕੇ ਮੇਰੇ ਤਾਂ ਗਲ ਪੈ ਗਿਆ, ਕਹਿੰਦਾ ਤੂੰ ਵੱਟ ਕਿਵੇਂ ਵੱਢਦਾ, ਕਹਿੰਦਾ ਫਲਾਣਾ ਤੇ ਇੰਨਾ ਕੁਛ ਬੋਲ ਗਿਆ ਮੈਨੂੰ ਤਾਂ, ਨਾਲੇ ਲੜਾਈ ਵਗੜ ਗਿਆ, ਮੈਨੂੰ ਧੱਕੇ ਮਾਰ ਗਿਆ ਤੇ ਨਾਲੇ ਭੱਜ ਗਿਆ, ਕਹਿੰਦਾ ਮੈਂ ਠਾਣੇ ਆ ਨਾ ਠਾਣੇ। ਓਏ ਤੈਨੂੰ ਮੈਂ ਕਿਹਾ ਦਿਆਂਗਾ ਜੀ, ਉਹ ਕੀ ਉਹ ਵੱਟ ਦੇ ਨਾਲ ਚੜੀ ਯਾਰਾ, ਉਹ ਕੋ ਤੈਨੂੰ ਪਤਾ ਉਹਨਾਂ ਨਾਲ ਲੜਾਈ ਪਈ ਹੋਈ ਆ ਵਿਰੋਧੀ ਨੇ ਆਪਣੇ ਹੋ ਯਾਰਾ। ਕਿਹਦੇ ਕੋਲ ਨਾ ਖੜੀ? ਮੈਂ ਕਿੱਥੇ ਖੜਿਆ ਉਹਦੇ ਨਾਲ, ਮੈਂ ਤਾਂ ਵੱਟ ਘੜਨ ਲੱਗ ਰਿਹਾ ਸੀ, ਆ ਕੇ ਝਿੰਬੜ ਗਿਆ ਮੇਰਾ ਰਾ। ਓਏ ਸੁਣ ਤੇ ਲੈ ਕਰ, ਤੂੰ ਤਾਂ ਪੰਗਾ ਖੜਾ ਕਰਾਇਆ ਯਾਰਾ, ਉਹ ਆਪਣੇ ਨਾਲ ਬੈਰ ਪਿਆ ਹੋਇਆ ਪਹਿਲਾਂ ਤੋਂ, ਹੁਣ ਪਤਾ ਨਹੀਂ ਉਹਦੇ 10 ਜਣੇ ਇਕੱਠੇ ਹੋ ਕੇ ਆਉਣਗੇ ਯਾਰਾ। ਬੈਰ ਪਿਆ ਹੋਇਆ ਲੜਾਈ ਲੜਾਈ ਪਈ ਆ, ਗਰਦਨਾਂ ਬੜੀ ਹੋਈ ਨੇ ਉਹਦਾ, ਆਪਣੀ ਬਣਦੀ ਨਹੀਂ ਉਹਨਾਂ ਨਾਲ। ਓਏ ਕਿੱਥੇ ਬਣਦੀ ਓਏ, 10-20 ਬੰਦੇ ਇਕੱਠੇ ਹੁਣ ਆ ਜਾਣਗੇ ਇੱਧਰ, ਹੁਣ ਕੁੱਟਣਗੇ ਪਰੇ ਜਾਣਗੇ, ਭੱਜ ਲੈ ਗੋਲੀ, ਭੱਜ ਲੈ, ਉੱਡ ਲੈ ਪ੍ਰਾਹੁਣਾ ਮੇਰਾ। ਮੈਂ ਤਾਂ ਉਹਨੂੰ ਕਿਹਾ ਸੀ ਮੈਂ ਆਡਾ ਪ੍ਰਾਹੁਣਾ ਵੀ ਨਹੀਂ ਕਿਸ ਤੋਂ ਦੱਬਦਾ। ਪਤੰਦਰਾ ਪ੍ਰਾਹੁਣਾ ਤਾਂ ਕਿਤੇ ਦਿੰਦੀ ਨਹੀਂ, ਹੁਣ ਤਾਂ ਦੀਦਾ ਵੀ ਨਹੀਂ ਹੈਗਾ ਪਤੰਦਰ ਨੂੰ, ਉਹਦਾ ਗਵਾਂਢੀ ਮਾਰਨ ਭਾਵੇਂ ਨਾ ਮਾਰਨਾ, ਕਿਤੇ ਪਤੰਦਰ ਹੋਈ ਨਾ ਕਿਸੇ ਖਦਾਨਾ ਖਦੂਨਾ ਜਿਹੜੇ ਕੇ ਮਰ ਜੇ, ਹੁਣ ਤਾਂ ਲੈ ਕੇ ਆਉਣਾ ਪਊਗਾ। ਤੂੰ ਤਾਂ ਇਕੱਲੀ ਭੱਜਿਆ ਆ, ਪਤੰਦਰ ਨੂੰ ਲਿਆਉਣਾ ਮੈਂ ਦੇਖ ਕੇ। ਮੇਰਾ ਸਾਲਾ ਉਵੇਂ ਨਹੀਂ ਕਹਿੰਦੇ ਕਿ ਗੋਲੀ ਹੈ, ਇਹ ਸੱਚੀ ਗੋਲੀ ਹੈ, ਮੇਰਾ ਸਾਲਾ ਅੱਗ ਵਾਂਗੂ ਨਿਕਲ ਗਿਆ ਮੇਰੇ ਕੋਲ ਉਹਦੀ ਤਾਂ। ਤੂੰ ਵਧੀਆ ਕਿਹੜਾ ਭੱਜਦਾ ਲੈਣ ਨਾਲ, ਇੱਕ ਲੱਤਾ ਤੇਰੇ ਡੇਢ ਲੱਤਾ ਤੂੰ ਕੀ ਕਹਿਣਾ, ਉਹ ਕਿਹੜਾ ਵਧੀਆ, ਉਹ ਜੇ ਆ ਕੇ 10 ਬੰਦੇ ਨਾ ਤੇਰਾ ਗੁੱਸਾ ਕਰਦਾ, ਤੂੰ ਪਤਾ ਨੀ ਸਾਡੇ ਪਿੰਡ ਦੇ ਬੰਦੇ ਬਹੁਤ ਗੰਦੇ ਨੇ। ਅੱਛਾ ਗੰਦੇ ਨੇ, ਪੰਗਾ ਲੈਣਾ ਤੂੰ।